ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤੇ ਸਿਹਤਮੰਦ ਹੋਵਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟਾਂ ਵਿੱਚ ਪਹਿਲੇ ਨਾਲੋਂ ਜੋ ਸੁਧਾਰ ਹੈ ਖਾਸ ਕਰ ਬਾਸਮਤੀ ਦੇ ਰੇਟ ਜੋ ਹੁਣ ਪਹਿਲੇ ਥੋੜੇ ਡਾਊਨ ਹੋ ਗਏ ਸੀ ਜੋ ਪਿਛਲੇ 2-3 ਦਿਨਾਂ ਤੋਂ ਦੁਬਾਰਾ ਤੋਂ ਤੇਜ਼ੀ ਪਕੜ ਰਹੇ ਨੇ ਤੇ ਰੇਟ ਹੁਣ 3400 ਤੋਂ 3500 ਦੇ ਘਰਾ ਦੇ ਵਿੱਚ ਜੋ 1509 ਦੀ ਗੱਲ ਕਰੀਏ ਤਾਂ ਪਹੁੰਚ ਚੁੱਕਿਆ ਇਸ ਦੇ ਨਾਲ ਜੋ 1847 ਵੀ 3000 ਦਾ ਜੋ ਆਕੜਾ ਹੈ ਉਹ ਪਾਰ ਕਰ ਚੁੱਕੀ ਹੈ ਤੇ ਉਮੀਦ ਹੈ ਇਹ ਹੀ ਲਾਈ ਜਾ ਰਹੀ ਹੈ ਜੋ ਅਗਲੇ ਹਫਤੇ ਹੋਰ ਤੇਜ਼ੀ ਇਸ ਰੇਟ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਅੱਗੇ ਜੋ ਇਹ ਦੂਜੀਆਂ ਕਿਸਮਾਂ ਹੋਣਗੀਆਂ ਉਹਨਾਂ ਦੇ ਰੇਟ ਵੀ ਜੋ ਸ਼ੁਰੂਆਤੀ ਦਿਨਾਂ ਤੋਂ 3800 ਤੋਂ 4000 ਪਲੱਸ ਹੀ ਰਹਿਣਗੇ ਜਿਵੇਂ ਆਪਾਂ ਗੱਲ ਕਰ ਲਈਏ 1847 1401 ਜਿਹੜੀਆਂ ਚੰਗੀਆਂ ਬਿਹਤਰ ਕਿਸਮਾਂ ਨੇ ਉਹਨਾਂ ਦੇ ਰੇਟ ਚੰਗੇ ਹੀ ਸ਼ੁਰੂਆਤ ਹੋਣ ਦੀ ਉਮੀਦ ਹੈ ਸੋ ਹੁਣ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਨਾਂ ਤੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਸਰਸਾ ਮੰਡੀ ਦੀ ਗੱਲ ਕਰੀਏ। 1509 ਕੰਬਾਈਨ ਵਾਲਾ ਇੱਥੇ ਲਗਭਗ 2992 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ। 1847 2810 ਰੁਪਏ ਤੁਹਾਨਾ ਮੰਡੀ 1509 ਕੰਬਾਈਨ ਵਾਲਾ 3040 ਰੁਪਏ 1847 ਲਗਭਗ 2890 ਰੁਪਏ ਪ੍ਰਤੀ ਕੁੰਟਲ ਉਸ ਤੋਂ ਬਾਅਦ ਕੈਥਲ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2890 ਰੁਪਏ ਪੀਆਰ 14 2290 ਰੁਪਏ ਉਸ ਤੋਂ ਬਾਅਦ ਸਮਾਲਖਾ ਮੰਡੀ 1509 ਕੰਬਾਈਨ ਵਾਲਾ 2840 ਰੁਪਏ 1509 ਹੱਥ ਵਾਲਾ 3145 ਰੁਪਏ 1847 ਲਗਭਗ 2770 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕੀ ਹੈ ਪਾਣੀਪਤ ਮੰਡੀ 1509 ਕੰਬਾਈਨ ਵਾਲਾ 2751 ਰੁਪਏ ਪ੍ਰਤੀ ਕਵਾਂਟਲ ਖਨੋਰੀ ਮੰਡੀ 1509 3075 ਰੁਪਏ 1847 2940 ਰੁਪਏ ਉਸ ਤੋਂ ਬਾਅਦ ਨਰਵਾਣਾ ਮੰਡੀ 1509 ਕੰਬਾਈਨ ਵਾਲਾ 2960 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਪੇਵਾ ਮੰਡੀ 1509 ਕੰਬਾਈਨ ਵਾਲਾ 2780 ਰੁਪਏ ਪ੍ਰਤੀ ਕਵਾਂਟਲ ਪਟਿਆਲਾ ਮੰਡੀ ਦੀ ਗੱਲ ਕਰ ਲਈਏ ਤਾਂ ਇੱਥੇ 1500 ਨੂੰ ਲਗਭਗ 3880 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ ਹੈ ਬਰਵਾਲਾ ਮੰਡੀ 1500 2890 ਰੁਪਏ ਉਸ ਤੋਂ ਬਾਅਦ ਜੀਨ ਮੰਡੀ 1500 ਕੰਬਾਈਨ ਵਾਲਾ 2850 ਰੁਪਏ ਹੱਥ ਵਾਲਾ 3195 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਕਲਾਇਤ ਮੰਡੀ 1500 ਕੰਬਾਈਨ ਵਾਲਾ 2825 ਰੁਪਏ ਅਮਰਸਰ ਮੰਡੀ 1500 ਕੰਬਾਈਨ ਵਾਲਾ ਲਗਭਗ 2880 ਰੁਪਏ 1847 2620 ਰੁਪਏ ਉਸ ਤੋਂ ਬਾਅਦ ਉਚਾਣਾ ਮੰਡੀ 1500 ਨੂੰ ਕੰਬਾਈਨ ਵਾਲਾ 2845 ਰੁਪਏ ਪ੍ਰਤੀ ਕਵਾਂਟਲ ਬਟਾਲਾ ਮੰਡੀ 1500 ਨੂੰ ਕੰਬਾਈਨ ਵਾਲਾ 2800 ਰੁਪਏ 1847 ਲਗਭਗ 2600 ਤੋਂ ਲੈ ਕੇ 2800 ਰੁਪਏ ਕੋਟਕਪੁਰਾ ਮੰਡੀ 1500 ਨੂੰ ਕੰਬਾਈਨ ਵਾਲਾ 2900 ਤੋਂ ਲੈ ਕੇ 3100 ਰੁਪਏ ਪ੍ਰਤੀ ਕਵਾਂਟਲ 1847 ਲਗਭਗ 3600 ਉਹ 2670 ਰੁਪਏ ਪ੍ਰਤੀ ਕੁਇੰਟਲ ਰਤਿਆ ਮੰਡੀ 1509 ਕੰਬਾਈਨ ਵਾਲਾ 3040 ਰੁਪਏ ਪ੍ਰਤੀ ਕੁਇੰਟਲ ਸੁਨਾਮ ਮੰਡੀ 1509 ਕੰਬਾਈਨ ਵਾਲਾ 33100 1847 ਕੰਬਾਈਨ ਵਾਲਾ 2900 ਤੇ 3000 ਰੁਪਏ ਉਸ ਤੋਂ ਬਾਅਦ ਗੱਲ ਕਰੀਏ ਜੋ ਅਲੀਗੜ ਮੰਡੀ ਦੀ 1509 ਕੰਬਾਈਨ ਵਾਲਾ 2660 ਰੁਪਏ 1509 ਹੱਥ ਵਾਲਾ 2860 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਫਾਜ਼ਿਲਕਾ ਮੰਡੀ ਦੇ ਵਿੱਚ ਜੋ 1692 ਦੀ ਢੇਰੀ ਲੱਗੀ ਹੈ ਲਗਭਗ 2960 ਰੁਪਏ ਪ੍ਰਤੀ ਕਵਾਂਟਲ 1509 ਇੱਥੇ ਲਗਭਗ ਜੋ 2850 ਤੋਂ ਲੈ ਕੇ 2900 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਰਹੀ ਹੈ ਐਲਨਾਵਾਦ ਮੰਡੀ 1509 ਕੰਬਾਈਨ ਵਾਲਾ 2940 1847 2800 ਤੇਰਪੇ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਰਾਣੀਆਂ ਮੰਡੀ 1509 ਕੰਬਾਈਨ ਵਾਲਾ 2900 ਰੁਪਏ ਪ੍ਰਤੀ ਕਵਾਂਟਲ ਸਫੀਤੋ ਮੰਡੀ 1509 ਕੰਬਾਈਨ ਵਾਲਾ 2960 ਰੁਪਏ 1509 ਹੱਥ ਵਾਲਾ 3330 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਮਥਰਾ ਮੰਡੀ 1509 ਕੰਬਾਈਨ ਵਾਲਾ 2601 ਰੁਪਏ ਤੇ 1509 ਜੋ ਹੱਥ ਵਾਲਾ 2881 ਰੁਪਏ ਨਾਬਾ ਮੰਡੀ 1509 ਕੰਬਾਈਨ ਵਾਲਾ TN 140 ਰੁਪਏ 1847 2800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੇ ਆ ਪੀਲੂ ਖੇੜਾ ਮੰਡੀ 1509 ਕੰਬਾਈਨ ਵਾਲਾ 2925 ਰੁਪਏ 1509 ਹੱਥ ਵਾਲਾ 3440 ਰੁਪਏ ਪ੍ਰਤੀ ਕੁਇੰਟਲ ਸੋ ਇਹੀ ਤੇਜ਼ੀ ਦੀ ਗੱਲ ਕਰ ਰਹੇ ਸੀ ਜੋ ਮੰਡੀਆਂ ਦੇ ਵਿੱਚ ਜੋ ਪਹਿਲੇ ਨਾਲੋਂ ਵੱਧ ਬਣੀ ਹੋਈ ਹੈ 1847 ਇੱਥੇ ਲਗਭਗ 2700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੇ ਆ ਪਾਤੜਾ ਮੰਡੀ ਪੰਜਾਬ ਦੀ ਵੀ ਗੱਲ ਕਰਦੇ ਆ ਦਾ ਇੱਥੇ 1509 ਲਗਭਗ 3100 ਤੋਂ 3200 ਰੁਪਏ 1847 3040 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਮਲੋਟ ਮੰਡੀ 1509 2810 ਰੁਪਏ ਜਖਲ ਮੰਡੀ 1509 ਕੰਬਾਈਨ ਵਾਲਾ 3050 ਰੁਪਏ ਹੋਟਲ ਮੰਡੀ 1509 ਕੰਬਾਈਨ ਵਾਲਾ 2450 ਰੁਪਏ ਉਸ ਤੋਂ ਬਾਅਦ ਕੁੱਕਰਾਂ ਵਾਲਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ 1847 2600 71 ਪੇ ਸੁਮਾਣਾ ਮੰਡੀ 1509 ਕੰਬਾਈਨ ਵਾਲਾ ਲਗਭਗ 3100 ਤੋਂ 3160 ਰੁਪਏ 1847 2900 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਮਾਨਸਾ ਮੰਡੀ ਦੀ 1509 ਕੰਬਾਈਨ ਵਾਲਾ 3000 ਤੋਂ 3060 ਰੁਪਏ 1847 2835 ਰੁਪਏ ਪ੍ਰਤੀ ਕੁਆਂਟਲ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ 2800 ਤੋਂ ਲੈ ਕੇ 3000 ਰੁਪਏ 1847 ਕੰਬਾਈਨ ਵਾਲਾ 2700 25 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਨਾਰਨੋਦ ਮੰਡੀ 1509 ਕੰਬਾਈਨ ਵਾਲਾ 2841 ਰੁਪਏ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਜਵਾਲਦਾ ਝੋਨਾ ਵੇਚਿਆ ਤਾਂ ਕਮੈਂਟਾਂ ਦੇ ਵਿੱਚ ਆਪਦੇ ਸ਼ਹਿਰ ਦਾ ਨਾਮ ਤੇ ਰੇਟ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰ ਇਸ ਤੋਂ ਜਾਣਕਾਰੀ ਲੈ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਵੱਧ ਵੱਧ ਸ਼ੇਅਰ ਵੀ ਕਰਦਿਆ ਕਰੋ ਤੇ ਇਦਾਂ ਹੀ ਫੇਸਬੁੱਕ ਪੇਜ ਤੇ ਜੇ ਵੀਡੀਓ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਮੀਰੋ ਤੁਹਾਡਾ ਦਿਨ ਸ਼ੁਭ ਹੋਵੇ